ਫਿਰੋਜ਼ਪੁਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜੋ ਕਿ ਵਿਦਿਆਰਥੀਆਂ ਦੀ ਜ਼ਿੰਦਗੀ ਅਤੇ ਉਹਨਾਂ ਦੇ ਮਾਨਸਿਕ ਪੱਧਰ ਦੇ ਨਾਲ ਜੁੜਿਆ ਹੋਇਆ ਬਹੁਤ ਚੇਤਾ ਦਾ ਵਿਸ਼ਾ ਹੈ, ਕਿਉਂਕਿ ਇੱਕ ਬੱਚਾ ਪੇਪਰ ਦੇਣ ਦੇ ਲਈ ਜਾਂਦਾ, ਜਿਵੇਂ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ, ਜਦੋਂ ਉਹ ਪੇਪਰ ਦੇਣ ਲਈ ਜਾਂਦਾ ਤਾਂ ਕੁਝ ਵਿਦਿਆਰਥੀਆਂ ਦੇ ਨਾਲ ਉਸਦੀ ਕਹਾਸੁਣੀ ਹੋ ਜਾਂਦੀ ਹੈ। ਕਹਾਸੁਣੀ ਇੱਥੇ ਤੱਕ ਪਹੁੰਚ ਜਾਂਦੀ ਹੈ, ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਜਿਹੜੇ ਵਿਦਿਆਰਥੀ ਨੇ ਉਹ ਵਿਦਿਆਰਥੀ 'ਤੇ ਹਥਿਆਰਾਂ ਦੇ ਨਾਲ ਜਾਨਲੇਵਾ ਹਮਲਾ ਕਰ ਦਿੰਦੇ ਨੇ, ਜਿਸ ਤੋਂ ਬਾਅਦ ਵਿਦਿਆਰਥੀ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੇ ਦੌਰਾਨ ਉਸਦੀ ਮੌਤ ਹੋ ਚੁੱਕੀ ਹੈ। ਤਾਂ ਬੱਚਿਆਂ ਦਾ ਮਾਨਸਿਕ ਪੱਧਰ ਇਸ ਤਰੀਕੇ ਦਾ ਹੋ ਚੁੱਕਿਆ ਕਿ ਉਹ ਛੋਟੀ ਮੋਟੀ ਗੱਲ ਨੂੰ ਖੂਨੀ ਜੰਗ ਦੇ ਵਿੱਚ ਕਿਵੇਂ ਤਬਦੀਲ ਕਰ ਦਿੰਦੇ ਨੇ। ਆਓ ਸੁਣਦੇ ਹਾਂ ਵਿਦਿਆਰਥੀਆਂ ਦੀ ਜ਼ੁਬਾਨੀ। ਮੇਰਾ ਦੋਸਤ ਸੀਗਾ ਜੀ, MLM ਸਕੂਲ ਦੇ ਵਿੱਚ ਪੜ੍ਹਦਾ। ਅੱਛਾ। ਅਤੇ ਮੈਂ ਸਕੂਲ ਦਾ ਮੁੰਡਾ, ਮਤਲਬ ਮੇਰਾ ਪਿੰਡ ਹੈਗਾ ਫਿਰੋਜ਼ਸ਼ਾਹ, ਮੇਰਾ ਨਾਲ ਦਾ ਦੋਸਤ ਹੀ ਸੀਗਾ। ਅਤੇ ਇਹ ਅੱਜ ਆਇਆ ਸੀ ਇੱਥੇ, ਮਤਲਬ ਸਕੂਲ ਨਹੀਂ ਗਈ, ਇਹਦਾ ਪੇਪਰ ਸੀ, ਇਹਦੇ ਸੱਟ ਲੱਗੀ ਹੋਈ ਸੀ ਪੈਰ 'ਤੇ। ਅਸੀਂ ਬਾਹਰ ਤੁਰ ਪੈ ਰਹੇ ਸੀ, ਉਹਨਾਂ ਨੂੰ ਪਤਾ ਲੱਗ ਗਿਆ, ਅਤੇ ਉਹਨਾਂ ਨੇ ਵਿਚਕਾਰ ਬੈਠੇ ਸਾਡੇ ਨੰਗੀ ਅਗਰ ਬਾਨਾ ਲੈ ਕੇ ਹਮਲਾ ਕਰਤਾ। ਉਹਨਾਂ ਕੋਲ ਪਿਸਟਲ ਵੀ ਸੀਗਾ ਅਤੇ ਇਹਦੇ ਸਿਰ 'ਚ ਮਾਰੀ, ਜਦੋਂ ਅਸੀਂ ਚੱਕਿਆ ਉਹਨਾਂ ਨੇ ਸਾਨੂੰ ਪਿਸਟਲ ਦਾ ਡਰਾਵਾ ਵੀ ਦਿੱਤਾ, ਕੱਢ ਕੇ ਆਏ ਸਾਡੇ, ਇਹ ਮੇਰੇ ਨਾਲ ਦੇ ਗੋਲੀ ਮਾਰਨ ਲੱਗੇ ਸੀ ਉਹ, ਅਤੇ ਉਦੋਂ ਅਸੀਂ ਬਾਬਾ ਇੱਦਾਂ ਦੀ ਆ। ਉਹ ਕੌਣ ਸੀਗੇ ਇੱਥੇ ਨੇ? ਉਹ ਇਹਨਾਂ ਦੇ ਇਹਦੇ ਨਾਲ ਹੀ ਪੜ੍ਹਦੇ ਆ 10ਵੀਂ ਕਲਾਸ ਵਿੱਚ। ਮੁੰਡੇ ਮੁੰਡੇ ਆਪਸ ਚ ਲੜੇ ਨੇ ਜੀ, ਨੰਗੀਆਂ ਪਿਸਤੌਲਾਂ ਚੁੱਕੀ ਫਿਰਦੇ, ਨੰਗੇ ਕਿਰਪਾਨ ਤੇ ਨੰਗੇ ਕਾਪੇ ਸੀਗੇ, ਆਪਸ ਚ ਲੜਦਿਆਂ ਲੜਦਿਆਂ ਉਹਨਾਂ ਨੇ ਮੁੰਡਾ ਵੱਢ ਦਿੱਤਾ ਜੀ। ਗਰੁੱਪ ਦੋ ਆਪਸ ਚ ਲੜਦੇ ਸੀ ਜੀ। ਹਾਂਜੀ ਹਾਂਜੀ, ਸਕੂਲ ਦੇ ਬੱਚੇ ਨੇ, ਛੋਟੇ ਛੋਟੇ ਬੱਚੇ ਨੇ। ਹਾਂਜੀ ਹਾਂਜੀ, ਉਹਨਾਂ ਨੇ ਕਾਪੇ ਮਾਰੇ ਜੀ। ਹਾਂਜੀ ਹਾਂਜੀ ਹਾਂਜੀ, ਹਾਲਾਤ ਫਿਰੋਜ਼ਪੁਰ ਦੇ ਸਭ ਤੋਂ ਮਾੜੇ ਹਾਲਾਤ ਨੇ ਇਦੋਂ ਉੱਤੇ। ਮੇਰੇ ਖਿਆਲ 'ਚ ਵੀ ਪੂਰੀ ਵਰਲਡ ਦੇ ਵਿੱਚ ਏਡਾ ਜ਼ਿਆਦਾ ਮੰਦਾ ਹਾਲ ਨਹੀਂ ਹੋਣਾ ਜਿੱਡਾ ਫਿਰੋਜ਼ਪੁਰ ਦਾ ਮੰਦਾ ਹਾਲ ਹੈ। ਮੁੰਡਾ ਮਰ ਗਿਆ ਜੀ, ਮੁੰਡਾ ਤਾਂ ਮੌਕੇ 'ਤੇ ਮਰ ਗਿਆ। ਹਾਂਜੀ ਹਾਂਜੀ ਹਾਂਜੀ, ਸਹੀ ਗੱਲ ਆ ਜੀ, ਡਰ ਹੀ ਕੋਈ ਨਹੀਂ ਹੈਗਾ ਮੰਡੀਰ ਨੂੰ, ਤਾਂ ਕਿਤੇ ਨਾ ਹੀ ਨਹੀਂ ਹੈਗਾ ਵੀ ਲੈ ਵੀ ਡਰ ਵੀ ਲੈ ਵੀ ਕੋਲ ਉੱਥੇ ਥਾਣੇ ਤੋਂ ਕਿੰਨੀ ਕੁ ਦੂਰ ਹੈ। ਹਾਂਜੀ ਹਾਂਜੀ, ਥਾਣੇ ਤੋਂ ਮੇਰੇ ਖਿਆਲ 'ਚ 100-150 ਮੀਟਰ ਦੂਰ ਹੀ ਹੋਣੀ ਹੈ। ਹਾਂਜੀ, ਇਹਨਾਂ ਨੂੰ ਆ ਜਿਹੜੀ ਮੰਡੀਰ, ਇਹਨਾਂ ਚੁੱਕ ਕੇ ਚਾਰਾਂ ਪੰਜਾਂ ਨੂੰ ਇੱਕ ਵਾਰੀ ਨੰਗਿਆ ਕਰ ਕਰਕੇ ਕੁੱਟੇ ਹੁਣ ਚੌਂਕ 'ਚ, ਤੇ ਕਿਵੇਂ ਨਹੀਂ ਡਰ ਪੈਂਦਾ ਪੁਲਿਸ ਦਾ। ਬਸ ਇਹ ਆ ਕੇ ਵੀ ਲੈ ਵੀ ਅਗਲਾ ਦਾ ਆਪਾਂ ਨੂੰ ਕੀ ਏ, ਕੱਲ ਨੂੰ ਕਿਸੇ ਦਾ, ਅੱਜ ਕਿਸੇ ਦਾ ਨਿੱਕਾ ਜਿਹਾ ਜਵਾਕ ਵੱਡਿਆ, ਇਹ ਆਪਣੇ ਵੀ ਵਾਰੀ ਆਉਣੀ ਜੇ। ਸਹੀ ਗੱਲ ਹੈ, ਮੈਨੂੰ ਤਾਂ ਵੇਖ ਕੇ ਯਾਰ ਐਡਾ ਨਿੱਕਾ ਜਿਹਾ ਬੱਚਾ ਹੈ। ਤਾਂ ਜਿੱਥੇ ਇੱਕ ਪਾਸੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ, ਦੂਜੇ ਪਾਸੇ ਪੁਲਿਸ ਦੇ ਵੱਲੋਂ ਪ੍ਰੀਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ, ਤੇ ਆਰੋਪੀ ਫਿਲਹਾਲ ਪੁਲਿਸ ਦੀ ਪਹੁੰਚ ਚੋਂ ਬਾਹਰ ਦੱਸੇ ਜਾ ਰਹੇ ਨੇ, ਫਰਾਰ ਦੱਸੇ ਜਾ ਰਹੇ ਨੇ। ਮੇਰਾ ਨਾਮ ਜਸਮੇਲ ਸਿੰਘ ਜੀ। ਇਹ ਬੱਚੇ ਪੜ੍ਹਦੇ ਪਏ ਸਕੂਲ ਦੇ ਵਿੱਚ, ਸਕੂਲ ਗਏ ਹੋਏ ਸੀਗੇ, ਉੱਥੇ ਪੇਪਰ ਚੱਲਦੇ ਪਏ ਸੀ, ਇਹਦੇ ਪੇਪਰਾਂ ਦੇ ਵਿੱਚ ਕੋਈ ਇਹਨਾਂ ਨਾਲ ਮੁੰਡਿਆਂ ਨਾਲ ਆਪਸ ਵਿੱਚ ਕੋਈ ਖਹਿਬਾਜ਼ੀ ਹੋ ਗਈ, ਉਹਨੂੰ ਲੈ ਕੇ ਉਹ ਬਾਅਦ 'ਚ ਇਹਦੇ ਨਾਲ ਲੜ ਪਏ, ਹੱਥੋਂ ਪਾਈ ਹੋ ਗਏ, ਅਤੇ ਉਹਨਾਂ ਨੇ ਹਥਿਆਰ ਹਥਿਊਰ ਸੀਗੇ ਉਹਨਾਂ ਕੋਲ, ਅਤੇ ਉਹਨਾਂ ਨੇ ਇਹਦੇ 'ਤੇ ਹਮਲਾ ਕਰਤਾ ਮੇਰੇ ਭਾਣਜੀ ਦੇ ਉੱਤੇ। ਹਾਂਜੀ ਹਾਂਜੀ, ਉਹਦੇ ਸਿਰ 'ਚ ਸੱਟਾਂ ਸੁੱਟਾਂ ਮਾਰੀਆਂ। ਉਹਦਾ ਨਾਮ ਸੀਗਾ ਚਾਹਿਤਪ੍ਰੀਤ, ਪਿੰਡ ਫੇਰੂ ਸ਼ਹਿਰ, ਜ਼ਿਲ੍ਹਾ ਫਿਰੋਜ਼ਪੁਰ। ਉਹਦੀ ਉਮਰ ਸੀਗੀ 16 ਸਾਲ, 10ਵੀਂ ਕਲਾਸ ਦੇ ਵਿੱਚ ਪੜ੍ਹਦੇ। ਉਹ ਸੀ ਗਈ 6 ਤੋਂ
7 ਜਣੇ ਸੀਗੇ ਘੱਟੋ ਘੱਟ। ਉਹਦੇ ਸਿਰ ਦੇ ਵਿੱਚ ਬੈਕ ਸਾਈਡ ਉਹਦੇ ਸੱਟਾਂ ਮਾਰੀਆਂ। ਕੰਮ ਕਾਰਵਾਈ ਦੀ ਅਸੀਂ ਕਹਿੰਦੇ ਜਲਦ ਤੋਂ ਜਲਦ ਕਾਰਵਾਈ ਹੋਣੀ ਚਾਹੀਦੀ ਹੈ, ਬੰਦੇ ਹੋਣੇ ਚਾਹੀਦੇ ਜ਼ਰੂਰੀ, ਜਿੰਨਾ ਵੀ ਹੋ ਸਕੇ ਸਾਡੀ ਮਦਦ ਕੀਤੀ ਜਾਵੇ। ਨਹੀਂ ਅਸੀਂ ਹਜੇ ਤੱਕ ਕੋਈ ਨਹੀਂ, ਪ੍ਰਸ਼ਾਸਨ ਨੇ ਦੱਸਿਆ ਸਾਨੂੰ ਵੀ ਕੋਈ ਵੀ ਬੰਦਾ ਗ੍ਰਿਫਤ ਦੇ ਵਿੱਚ ਹੋਇਆ, ਕੋਈ ਬੰਦਾ ਹੋਇਆ ਨਹੀਂ, ਹਾਜ਼ਰ ਨਹੀਂ ਕੀਤਾ ਬੰਦਾ। ਕੀ ਨਾਮ ਹੈ ਤੇ ਕਿੰਨਾ ਕੁ ਇੰਜਰੀ? ਸਾਡੇ ਕੋਲ ਇੱਕ ਪੇਸ਼ੈਂਟ ਆਇਆ ਚਾਹਤਪ੍ਰੀਤ ਗਿੱਲ ਨਾਮ ਹੈ, 16 ਸਾਲ ਉਹਦੀ ਉਮਰ ਹੈ, ਠੀਕ ਹੈ, ਅਤੇ ਉਹ ਫਿਰੋਜ਼ ਸ਼ਾਹ ਦਾ ਰਹਿਣ ਵਾਲਾ, ਇੱਥੇ ਸ਼ਹਿਰ ਦੇ ਵਿੱਚ ਹੀ ਲੜਾਈ ਹੋਈ ਹੈ। ਪੇਸ਼ੈਂਟ ਦੀ ਕੰਡੀਸ਼ਨ ਇਸ ਵਕਤ ਸੀਰੀਅਸ ਹੈ, ਅਸੀਂ ਨੂੰ ਫਰਦਰ ਮੈਨੇਜਮੈਂਟ ਲਈ ਅੱਗੇ ਰੈਫਰ ਕਰਾਂਗੇ। ਮੈਡਮ ਕੀ ਨਾਮ ਹੈ? ਚਾਹਤਪ੍ਰੀਤ ਗਿੱਲ। ਮੇਰਾ ਨਾਮ ਡਾਕਟਰ ਮੈਰੀ ਹੈ। ਮਾਮਲਾ, ਇਹ ਬੱਚੇ ਮਨੋਰਮਾ ਸਕੂਲ ਕੈਂਟ ਫਿਰੋਜ਼ਪੁਰ ਪੜ੍ਹਦੇ ਸੀਗੇ, ਇਹਨਾਂ ਦਾ ਆਪਸੀ ਕੋਈ ਰੰਜਾ ਸੀ, 24 ਤਰੀਕ ਨੂੰ ਲੜੇ ਉੱਥੇ, ਅਤੇ ਬੱਚੇ ਦੇ ਸੱਟਾਂ ਮਾਰੀਆਂ ਦੀ ਡੈਥ ਹੋ ਗਈ ਹੈ। ਵਜ੍ਹਾ ਇਹਨਾਂ ਦੀ, ਸਕੂਲ 'ਚ ਇਹਨਾਂ ਦਾ ਝਗੜਾ ਹੋਇਆ ਸੀ। ਨਹੀਂ, ਪੁਰਾਣਾ ਝਗੜਾ ਨਹੀਂ ਦੱਸਿਆ ਇਹਨਾਂ, ਕਹਿੰਦੇ ਸਕੂਲ 'ਚ ਬੱਲੇ ਬੱਲੇ ਸੀ, ਇਕੱਠੇ ਹੋਏ ਸੀ ਦੋਸਤ, ਅਤੇ ਉਹਨਾਂ ਹਮਲਾ ਕਰਤਾ ਇਹਦੇ ਨਾਲ ਦਿਆਂ ਨੇ, ਉਹਨਾਂ 'ਤੇ ਐਫ ਆਈ ਆਰ ਦਰਜ ਕਰਤੀ ਆ, ਉਹ ਵੀ ਬੱਚੇ ਅਤੇ ਇਹ ਵੀ ਬੱਚਾ। ਤਲਵਾਰਾਂ ਨਾਲ, ਕਾਪੇ ਨਾਲ? ਨਹੀਂ, ਅਜੇ ਸਾਡੀਆਂ ਟੀਮਾਂ ਗਈਆਂ ਹੋਈਆਂ ਅਤੇ ਅਸੀਂ ਫੜ ਲੈਣੇ ਸਾਰੇ। 2 ਨੇਮ ਬੱਚੇ ਅਤੇ 4 ਅਣਪਛਾਤੇ ਆ, ਅਤੇ 2 ਨੇਮ ਜਿਹੜੇ ਉਹ ਘਰੋਂ ਭੱਜ ਗਏ, ਸਾਰੇ ਪਰਿਵਾਰ ਵੀ ਪਾਸੇ ਹੋ ਗਏ ਆ, ਅਤੇ ਇਹਨਾਂ ਨੂੰ ਜਲਦੀ